मंजूर है लेकिन मेनु अफसोस है अज श्रोमणी कमेटी के मैंबर भी श्री अकाल तख्त साहब नाल टक्कर ले रहे हैं। मैडम बीबी जी को नेक्स्ट मेरा देखो जी मेरा तो फेज ना मेंबर तो खत्म हो गया जी। मैं समझनी दोबारा चोना नवियां हो ते कौम दे कोई सूझवाल व्यक्ति अंदर आउन। ਹੋਰ ਤੁਸੀਂ ਤੁਹਾਡੇ ਨਾਲ ਕਿੰਨੇ ਮੈਂਬਰ ਸੰਪਰਕ ਵਿੱਚ ਸੀ? ਸਾਡੇ ਨਾਲ ਤੇ ਜੀ ਸਾਰੇ ਹੀ ਸੀਗੇ ਜੀ। ਤੁਹਾਨੂੰ ਭਰੋਸਾ ਹੋ ਰਿਹਾ ਤਾਂ ਸੀ ਉਹਨਾਂ ਨੇ ਚਲੋ ਭਰੋਸਾ ਨਾਲ ਅੰਦਰ ਜਾਈਦਾ। ਇੱਥੇ ਆ ਕੇ ਸਾਡੇ ਪੁੱਤ ਚੁੱਪ ਕਰ ਗਏ ਜੀ। ਉਹ ਲਾਸ਼ਾਂ ਨੇ ਸਾਰੀਆਂ ਜੀ ਇਹਨਾਂ ਦੇ ਅੰਦਰ ਜਮੀਰਾਂ ਹੀ ਹੈਗੀਆਂ ਖਾ ਖਾ ਕੇ ਧਾ ਨੇ ਮਰ ਗਏ ਨੇ ਵਿਚਾਰੇ। ਉਹ ਕਹਿੰਦੇ ਬਾਪੂ ਇਹਨੇ ਭਾਏ ਪਰੇ ਸ਼ਾਰੇ ਚੱਲ ਰਹੇ ਸੀ ਬੀਬੀ ਜੀ ਕੋਲ। ਉਹਦੀ ਗੱਲ ਵੀ ਹੋ ਸਕਦੀ ਹੈ ਜੀ ਕਿਉਂਕਿ ਉਹ ਕੀ ਦਿਸਦਾ ਤੁਹਾਨੂੰ ਉਹ ਜੋ ਕਹਿੰਦੇ ਸੀ ਬੀਬੀ ਖਰੀਦੀ ਪਈ ਹੈ ਬੀਬੀ ਥ੍ਰੈਟ ਕਰਦੀ ਪਈ ਹੈ ਏਜੰਸੀਆਂ ਦੇ ਨਾਲ ਲੱਗੀਆਂ ਹੋਈਆਂ ਇਹਦਾ ਮਤਲਬ ਏਜੰਸੀਆਂ ਇਹਨਾਂ ਨਾਲ ਸੀ। ਓਕੇ ਖਰੀਦ ਤੋਂ ਫਰੋਖਤ ਇਹ ਕਰ ਰਹੇ ਸੀਗੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਗੱਲਾਂ ਦਾ। ਤੁਹਾਡੇ ਲਿਸਟ ਬਾਹਰ ਲੋਈ ਸੀ ਤੁਹਾਡੇ ਤੁਹਾਡੇ ਵੱਲੋਂ ਬੰਦੇ ਤੁਹਾਡੇ ਵੱਲੋਂ ਵੀ ਪਾਇਆ ਕਿ ਵੀ ਅਸੀਂ ਨਹੀਂ ਕਰ ਰਹੇ ਜੀ ਜੀ मंजूर है लेकिन मेनु अफसोस है मंजूर है लेकिन मेनु अफसोस है कि आज श्रोमणी कमेटी के मेंबर भी श्री अकाल तख्त साहब नाल टक्कर ले रहे हैं। मैडम बीबी जी को नेक्स्ट मेरा देखो जी मेरा तो फेज ना मेंबर तो खत्म हो गया जी। मैं समझनी दोबारा चोना नवियां हो ते कौम दे कोई सूझवाल व्यक्ति अंदर आउन। ਹੋਰ ਤੁਸੀਂ ਤੁਹਾਡੇ ਨਾਲ ਕਿੰਨੇ ਮੈਂਬਰ ਸੰਪਰਕ ਵਿੱਚ ਸੀ? ਸਾਡੇ ਨਾਲ ਤੇ ਜੀ ਸਾਰੇ ਹੀ ਸੀਗੇ ਜੀ। ਤੁਹਾਨੂੰ ਭਰੋਸਾ ਹੋ ਰਿਹਾ ਤਾਂ ਸੀ ਉਹਨਾਂ ਨੇ ਚਲੋ ਭਰੋਸਾ ਨਾਲ ਅੰਦਰ ਜਾਈਦਾ। ਇੱਥੇ ਆ ਕੇ ਸਾਡੇ ਪੁੱਤ ਚੁੱਪ ਕਰ ਗਏ ਜੀ। ਉਹ ਲਾਸ਼ਾਂ ਨੇ ਸਾਰੀਆਂ ਜੀ ਇਹਨਾਂ ਦੇ ਅੰਦਰ ਜਮੀਰਾਂ ਹੀ ਹੈਗੀਆਂ ਖਾ ਖਾ ਕੇ ਧਾ ਨੇ ਮਰ ਗਏ ਨੇ ਵਿਚਾਰੇ। ਉਹ ਕਹਿੰਦੇ ਬਾਪੂ ਇਹਨੇ ਭਾਏ ਪਰੇ ਸ਼ਾਰੇ ਚੱਲ ਰਹੇ ਸੀ ਬੀਬੀ ਜੀ ਕੋਲ। ਉਹਦੀ ਗੱਲ ਵੀ ਹੋ ਸਕਦੀ ਹੈ ਜੀ ਕਿਉਂਕਿ ਉਹ ਕੀ ਦਿਸਦਾ ਤੁਹਾਨੂੰ ਉਹ ਜੋ ਕਹਿੰਦੇ ਸੀ ਬੀਬੀ ਖਰੀਦੀ ਪਈ ਹੈ ਬੀਬੀ ਥ੍ਰੈਟ ਕਰਦੀ ਪਈ ਹੈ ਏਜੰਸੀਆਂ ਦੇ ਨਾਲ ਲੱਗੀਆਂ ਹੋਈਆਂ ਇਹਦਾ ਮਤਲਬ ਏਜੰਸੀਆਂ ਇਹਨਾਂ ਨਾਲ ਸੀ। ਓਕੇ ਖਰੀਦ ਤੋਂ ਫਰੋਖਤ ਇਹ ਕਰ ਰਹੇ ਸੀਗੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਗੱਲਾਂ ਦਾ। ਤੁਹਾਡੇ ਲਿਸਟ ਬਾਹਰ ਲੋਈ ਸੀ ਤੁਹਾਡੇ ਤੁਹਾਡੇ ਵੱਲੋਂ ਬੰਦੇ ਤੁਹਾਡੇ ਵੱਲੋਂ ਵੀ ਪਾਇਆ ਕਿ ਵੀ ਅਸੀਂ ਨਹੀਂ ਕਰ ਰਹੇ ਜੀ ਜੀ मंजूर है लेकिन मेनु अफसोस है।